ਤੁਸੀਂ ਰੋਜ਼ ਸੁਣਦੇ ਹੋ ਆਮ ਆਦਮੀ ਪਾਰਟੀ ਪੰਜਾਬ ਭਗਵੰਤ ਮਾਨ ਸਰਕਾਰ ਦੇ ਕਿੱਡੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹੈ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰ ਹੈ, ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾ ਰਹੇ ਹੈ, ਅਤੇ ਐਡੇ ਵੱਡੇ ਵੱਡੇ ਦਾਅਵੇ ਹੋਣ ਦੇ ਬਾਵਜੂਦ ਉਹਨਾਂ ਦੇ MLA ਜੋ ਕਿ ਅਮਿਤ ਰਤਨ ਬਠਿੰਡਾ ਦਿਹਾਤੀ ਤੋਂ ਜਿੰਨਾ ਰਿਸ਼ਵਤ ਲੈਂਦੇ ਕਾਬੂ ਕੀਤੇ ਗਏ ਹੈ, ਵਿਜੀਲੈਂਸ ਟੀਮ ਨੇ ਉਹਨਾਂ ਨੂੰ ਕਾਬੂ ਕਰ ਰੱਖਿਆ ਹੈ। ਆਹ ਸ਼ੀਸ਼ੇ ਵਿੱਚੋਂ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਉਹਨਾਂ ਦੇ ਵਿੱਚ ਪੀਲੀ ਪੱਗ ਦੇ ਵਿੱਚ ਅਮਿਤ ਰਤਨ ਜੀ MLA ਦਿਹਾਤੀ ਬੈਠੇ ਹੋਏ ਹੈ, ਜਿਨ੍ਹਾਂ ਤੋਂ ਪੁੱਛਤਾਛ ਜਾਰੀ ਹੈ। ਅਤੇ ਇਹ ਕੀ ਹੈ ਪੂਰਾ ਮਸਲਾ, ਅਸੀਂ ਤੁਹਾਨੂੰ ਅੱਗੇ ਵੀ ਦੱਸਦੇ ਰਹਾਂਗੇ। ਅਤੇ ਉਹਨਾਂ ਤੋਂ ਕਿੰਨੇ ਪੈਸੇ ਬਰਾਮਦ ਹੋਏ ਹੈ ਅਤੇ ਕੀ ਗੱਲਬਾਤ ਹੈ ਅਤੇ ਤੁਹਾਨੂੰ ਸਾਰੀ ਡਿਟੇਲ ਦੇ ਵਿੱਚ ਦੱਸਾਂਗੇ। ਅਤੇ ਇਹ ਦਾਅਵੇ ਝੂਠੇ ਸਾਬਤ ਹੋ ਰਹੇ ਹੈ ਜਾਂ ਮਤ ਕਿ ਸੱਚੇ ਸਾਬਤ ਹੋ ਰਹੇ ਹੈ, ਜਾਂ ਇਹਦੇ ਵਿੱਚ ਕੀ ਮਸਲਾ ਹੈਗਾ, ਇੰਡਾ ਸਰਕਟ ਹਾਊਸ ਵਿੱਚ ਪੁੱਛਗਛ ਜਾਰੀ ਹੈ। ਆਓ ਦੇਖਦੇ ਹਾਂ ਕੀ ਹੋ ਰਿਹਾ। ਹਾਂਜੀ ਵੀਰ ਜੀ, ਕੀ ਨਾਮ ਹੈ ਤੁਹਾਡਾ ਅਤੇ ਕੀ ਗੱਲ ਹੋਈ ਹੈ ਅਮਿਤ ਰਤਨ ਜੀ ਦੇ ਨਾਲ ਤੁਹਾਡੀ? ਮੇਰਾ ਪਿੰਡ ਘੁੱਦਾ, ਮੇਰੀ ਵਾਈਫ ਸ਼੍ਰੀਮਤੀ ਸ਼ਿਵਾ ਰਾਣੀ ਪਿੰਡ ਦੀ ਮੌਜੂਦਾ ਸਰਪੰਚ ਹੈ ਜੀ। ਸਾਡੇ ਕੋਲ 15 ਵਿੱਤ ਕਮਿਸ਼ਨ ਦੀ ਗ੍ਰਾਂਟ ਦੇ ਪੈਸੇ ਪਏ ਸੀਗੇ, ਅਸੀਂ ਉਹਦੇ 'ਚੋਂ ਕੁਛ ਕੰਮ ਕਰਵਾ ਤੇ, ਕੁਛ ਕੰਮ ਕਰਵਾਉਣੇ ਬਾਕੀ ਸੀ ਜੀ ਪਿੰਡ ਦੇ, ਮਤੇ ਪਾਏ ਹੋਏ ਆ। ਇਹ BDO ਦਫ਼ਤਰ ਵਾਲੇ ਸਾਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਰਹੇ ਆ, 4 ਸਾਲ ਹੋ ਗਏ, ਕਿਉਂਕਿ ਅਸੀਂ ਕਦੇ ਇਹਨਾਂ ਨੂੰ ਕੋਈ ਸਬਸਾ ਨਹੀਂ ਦਿੱਤਾ ਸੀਗਾ, ਪੈਸਿਆਂ ਦੀ ਮੰਗ ਤਾਂ ਬਹੁਤ ਵਾਰੀ ਕੀਤੀ ਹੈ ਪਰ ਨਹੀਂ ਦਿੱਤਾ ਜੀ। ਸਾਨੂੰ ਇਸ ਵਾਸਤੇ ਸੀ ਟਾਈਮ ਲਿਆਂਦਾ ਵੀ ਚਲੋ ਸਰਕਾਰ ਬਦਲ ਜੂ, ਕਿਉਂਕਿ ਕਾਂਗਰਸ ਸਰਕਾਰ ਨੇ ਬਹੁਤ ਸਾਨੂੰ ਪਰੇਸ਼ਾਨ ਕੀਤਾ ਸੀਗਾ। ਤਾਂ ਅਸੀਂ ਇਸ MLA ਦੀ ਬਹੁਤ ਮਦਦ ਵੀ ਕੀਤੀ, ਸਿਰਫ ਇਸ ਵਾਸਤੇ ਵੀ ਕੀ ਹੈ ਸਾਡਾ, ਅਸੀਂ ਪਿੰਡ ਦਾ ਕੁਛ ਸਵਾਰਨਾ ਚਾਹੁੰਦੇ ਸੀ। ਅਸੀਂ ਕਦੇ ਵੀ ਅੱਜ ਤੱਕ ਇੱਕ ਨਵਾਂ ਪੈਸਾ ਵੀ ਕਮਾਈ ਨਹੀਂ ਕੀਤੀ। ਅਸੀਂ ਕਸਮ ਖਾ ਕੇ, ਮੈਂ ਅਤੇ ਮੇਰੇ ਘਰ ਵਾਲੀ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਦੁਆਰਾ ਸਾਹਿਬ ਜਾ ਕੇ ਅਸੀਂ ਸਰਪੰਚੀ ਸ਼ੁਰੂ ਕੀਤੀ ਸੀ, ਪਰ ਇਹ MLA ਤਾਂ ਉਹਨਾਂ ਦਾ ਵੀ, ਕਾਂਗਰਸੀਆਂ ਦਾ ਵੀ ਪਿਓ ਨਿਕਲਿਆ। ਇਹਨੂੰ ਅਸੀਂ ਜਦੋਂ ਦੱਸਿਆ ਵੀ ਆ ਕਰਕੇ BDO ਦਫ਼ਤਰ ਵਾਲੇ ਸਾਨੂੰ ਤੰਗ ਕਰਦੇ ਆ, ਸਾਡੇ ਕੰਮ ਨਹੀਂ ਹੋਣ ਦਿੰਦੇ, ਪੇਮੈਂਟ ਨਹੀਂ ਰਿਲੀਜ਼ ਕਰਦੇ, ਪੈਸੇ ਪਏ ਆ। ਕਹਿੰਦਾ ਵੀ ਕਿੰਨੇ ਪਏ ਆ? ਮੈਂ ਜੀ 25 ਲੱਖ ਰੁਪਇਆ ਪਿਆ। ਕਹਿੰਦਾ ਸਾਨੂੰ ਕੀ ਦੇਂਗਾ? ਮੈਂ ਕਿਹਾ ਜੀ ਤੁਹਾਨੂੰ ਕੀ ਦੇਂਗਾ, ਮੈਂ ਕਿਹਾ ਅਸੀਂ ਤਾਂ ਪਿੰਡ 'ਤੇ ਲਾਉਣੇ ਪੈਸੇ। ਕਹਿੰਦਾ ਵੀ ਨਹੀਂ, ਤੂੰ ਇਹ ਨਹੀਂ ਚੱਲੂਗਾ, ਤਾਂ ਦੇਣੇ ਪਊਗਾ। ਮੈਂ ਕਿਹਾ ਜੀ ਚਲੋ ਦੱਸ ਦਿਓ ਫਿਰ। ਕਹਿੰਦਾ ਵੀ ਕਿੰਨੇ ਕਾ? ਮੈਂ 25 ਲੱਖ। ਕਹਿੰਦਾ ਘੱਟੋ ਘੱਟ 5 ਲੱਖ ਰੁਪਇਆ। ਮੈਂ ਕਿਹਾ ਜੀ ਬਹੁਤ ਜ਼ਿਆਦਾ ਆ। ਮੈਂ ਕਿਹਾ ਜੇ BDO ਦਫ਼ਤਰ ਵਾਲੇ ਵੀ 5-7% ਲੈਂਦੇ ਆ ਤਾਂ ਇਹ ਤਾਂ ਬਹੁਤ ਜ਼ਿਆਦਾ ਹੋ ਗਿਆ। ਮੈਂ ਕਿਹਾ ਅਸੀਂ ਤਾਂ ਕਦੇ ਉਹ ਵੀ ਨਹੀਂ ਦਿੱਤਾ। ਕਹਿੰਦਾ ਵੀ ਨਹੀਂ, ਤਾਂ ਦੇਣੇ ਪਊਗਾ। ਫਿਰ ਮੈਂ ਚਲੋ ਜੀ, ਕੰਮ ਉਸ ਪੈਸੇ ਕੋਲੋਂ ਵੀ ਚੱਲੇ ਹੋਏ ਸੀ, ਉਸ ਮਾਰਕੀਟ 'ਤੇ ਦੇਣੇ ਵੀ ਸੀਗੇ, ਕੁਛ ਪਏ ਸੀ ਪਿੰਡ ਦੇ ਕੰਮ ਪੈਂਡਿੰਗ ਨੇ ਜੀ। ਲੋਕ ਸਾਨੂੰ ਕਹਿੰਦੇ ਨੇ ਵੀ ਯਾਰ ਆਹ ਕਰਾ ਕੇ ਦਿਓ, ਆਹ ਕਰਾ ਕੇ ਦਿਓ, ਪਰ ਹੁਣ ਲੋਕਾਂ ਨੂੰ ਅਸੀਂ ਕੀ ਦੱਸੀਏ ਵੀ ਸਾਰੇ ਲੋਕਾਂ ਨੂੰ ਵੀ ਸਾਡੇ ਨਾਲ ਤਾਂ ਆਹ ਕੁਛ ਬਣ ਰਹੀ ਹੈ ਵੀ ਸਾਡੇ ਪੇਮੈਂਟ ਨਹੀਂ ਰਿਲੀਜ਼ ਕਰਦੇ। ਤਾਂ ਫਿਰ ਅਸੀਂ ਇਹਨਾਂ ਕਹਿੰਦੇ 5 ਲੱਖ ਰੁਪਇਆ ਸਾਨੂੰ ਦਿਓ, ਚਲੋ ਇਹ ਮੁੜ ਕੇ ਪੋਲੀਟੀਕਲੀ ਦਬਾਅ ਨਾਲ ਜਾਂ ਕੋਈ ਪੈਸੇ BDO ਦਫ਼ਤਰ ਨੂੰ ਦਿੱਤੇ ਹੋਣਗੇ, BDO ਨੂੰ ਦਿੱਤੇ ਹੋਣਗੇ ਇਹਨਾਂ ਨੇ, ਤਾਂ ਕਹਿੰਦੇ ਵੀ ਕਰਵਾ ਕੇ ਕਰਵਾ ਦਿੰਦੇ ਹਾਂ। ਇਹ ਅਕਤੂਬਰ ਦੇ ਲੱਗੇ ਨੇ ਮਿੰਤੀਆਂ, ਜਈ ਅਕਤੂਬਰ ਦੀਆਂ ਮਿੰਤੀਆਂ ਕਰਕੇ ਲਿਆ ਜੀ, ਤਾਂ ਉਹ ਪੇਮੈਂਟਾਂ ਹੁਣ ਫਰਵਰੀ ਤੱਕ ਜਾ ਕੇ ਕਲੀਅਰ ਕੀਤੀਆਂ। ਉਹਨਾਂ ਨੂੰ ਕਿਹਾ ਵੀ ਇਹ ਕਰਕੇ ਜੀ ਬਾਕੀ ਵੀ ਕਰਵਾ ਦਿਓ, ਪੈਸੇ ਪਏ ਆ। ਕਹਿੰਦਾ ਵੀ ਨਹੀਂ, ਪਹਿਲਾਂ ਦਿਓ, ਸਾਡਾ ਇਸ ਸਾਈਡ ਗੱਲ ਕੀਤੀ ਆ। ਮੈਂ ਕਿਹਾ ਜੀ ਪੇਮੈਂਟਾਂ 7-8 ਦੀਆਂ ਹੋਈਆਂ, ਬਾਕੀ ਹਜੇ ਹੋਰ ਪਏ ਆ, ਤੁਹਾਨੂੰ ਇੰਨੇ ਕੁ ਲੈ ਲਓ। ਕਹਿੰਦਾ ਸਾਰੇ ਦੇ ਦੇ, ਅਤੇ ਤੇਰੇ ਨਾਲ ਕਮਿਟਮੈਂਟ ਕਰਦੇ ਹਾਂ, ਕਰਾ ਜ਼ਰੂਰ ਦੇਵਾਂਗੇ। ਇਹ 10 ਤਰੀਕ ਦੀ ਗੱਲ ਆ ਜੀ, ਹਾਂ 10/2/23 ਦੀ। ਤਾਂ ਮੈਂ ਕਿਹਾ ਜੀ ਚਲੋ ਕੋਈ ਗੱਲ ਨਹੀਂ, ਦੇ ਦਿੰਦੇ ਫਿਰ, ਇਹ ਸਰਦਾ ਹੀ ਨਹੀਂ। ਤਾਂ ਕਹਿੰਦੇ ਵੀ ਦੇ, ਕਹਿੰਦੇ ਅੱਜ ਸਾਨੂੰ ਦੇ 3 ਅਤੇ 2 ਮੰਗਲਵਾਰ ਦੇ ਦੀ, ਇਹ ਮੰਗਲਵਾਰ ਆਉਣਾ। ਮੈਂ ਕਿਹਾ ਜੀ ਉਹ 3 ਤਾਂ ਨਹੀਂ ਅੱਜ ਹੋਣਾ। ਕਹਿੰਦੇ ਹੋਰ? ਮੈਂ ਕਿਹਾ ਘੱਟ। ਕਹਿੰਦੇ ਸਰ 2 ਦੇ ਦੇ, ਸਾਨੂੰ ਬਹੁਤ ਜ਼ਿਆਦਾ ਲੋੜ ਆ, ਦੇਣੇ ਆ ਕਿਸੇ ਨੂੰ। ਸਰੂਪ ਜੀ, ਕੀ ਕਹਿਣਾ ਚਾਹੋਗੇ ਤੁਸੀਂ, ਜਿਹੜੀ ਅੱਜ ਇਹ ਘਟਨਾ ਹੋਈ ਹੈ, ਤਾਂ ਤੁਹਾਡੇ ਮੁਤਾਬਕ ਕੀ ਹੋਇਆ? ਦੇਖੋ, ਬੜਾ ਰੌਲਾ ਪਾਉਣ ਵਾਲੀ ਕੱਟੜ ਇਮਾਨਦਾਰ ਜਿਹੜੀ ਸਰਕਾਰ ਹੈ, ਉਹ ਕੱਟੜ ਭ੍ਰਿਸ਼ਟ ਸਰਕਾਰ ਦਾ ਜਿਹੜਾ ਚਿਹਰਾ ਅੱਜ ਬਠਿੰਡਾ ਦੇ ਵਿੱਚ ਸਾਹਮਣੇ ਆ ਗਿਆ ਹੈ ਕਿ ਉਹਨਾਂ ਦਾ MLA 4 ਲੱਖ ਰੁਪਇਆ ਜਿਹੜੀ ਹੈਗੀ ਆ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਗਿਆ ਹੈ। ਇਹ ਅੱਜ ਜਿਹੜੀ ਰਿਸ਼ਵਤ ਹੈ, ਇਕੱਲੀ ਇੱਥੇ ਨਹੀਂ, ਹਰ ਕੰਸਟੀਚੁਐਂਸੀ ਦੇ ਵਿੱਚ ਹਰ MLA ਆਮ ਆਦਮੀ ਪਾਰਟੀ ਦਾ ਕਰ ਰਿਹਾ ਹੈ। ਮੈਂ ਤਾਂ ਅਸੀਂ ਤਾਂ ਇਹ ਮੰਗ ਕਰਦੇ ਹਾਂ ਰਾਜਪਾਲ ਤੋਂ ਕਿ ਜਿਹੜਾ ਰਿਸ਼ਵਤ ਦਾ ਇਹ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ, ਜਾਂ ਰਿਸ਼ਵਤ ਦਾ ਜਿਹੜਾ ਇੱਕ ਬਹੁਤ ਵੱਡਾ ਮਤਲਬ ਰਿਸ਼ਵਤ ਦੀ ਵਸੂਲੀ ਕੀਤੀ ਜਾ ਰਹੀ ਹੈ, ਉਹਦੀ ਇਨਕੁਆਇਰੀ CBI ਤੋਂ ਹੋਣੀ ਚਾਹੀਦੀ ਹੈ। ਔਰ ਮੈਨੂੰ ਪੂਰਨ ਉਮੀਦ ਹੈ ਕਿ ਜੇ CBI ਤੋਂ ਜਾਂਚ ਹੁੰਦੀ ਹੈ ਤਾਂ ਬਹੁਤ ਲੋਕ ਜਿਹੜੇ ਇਹਨਾਂ ਦੇ MLA ਹੈ, ਇਹ ਜਿਹੜਾ ਇਹਦੇ ਜਿਹੜੀ ਇਸ ਤਰ੍ਹਾਂ ਦੀ ਜਾਂਚ ਦੇ ਵਿੱਚ ਦੋਸ਼ੀ ਪਾਏ ਜਾਣਗੇ,
तो असं यही मंग करते कि जी इतों अज जी साबित होया जरा एम एल ए फड़ा गया एक कल बठिंडे नहीं सारी ये हालात